ਇਸਤਰੀ ਵਿੰਗ ਦੀਆਂ ਸਾਰੀਆਂ ਹੀ ਜ਼ਿਲ੍ਹੇ ਦੀਆਂ ਪ੍ਰਧਾਨਾਂ, ਵੱਖ ਵੱਖ ਅਹੁਦੇਦਾਰ ਅਤੇ ਹਰ ਜ਼ਿਲ੍ਹੇ ਦੇ ਵਿੱਚੋਂ ਬਹੁਤ ਹੀ ਮੋਹਤਬਾਰ ਮਨੋਂ ਫਤਿਹ ਅਰਜ ਹੈ, ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਮੈਨੂੰ ਤੁਹਾਡੇ 'ਤੇ ਮਾਣ ਹੈ ਕਿਉਂਕਿ ਤੁਸੀਂ ਉਹ ਔਰਤ ਹੋ ਪੰਜਾਬ ਦੀ ਜਿਸ ਔਰਤ ਨੇ ਪੰਜਾਬ ਦੀਆਂ ਕੁਰਬਾਨੀਆਂ ਦੇ ਵਿੱਚ ਬਹੁਤ ਵੱਡਾ ਹਿੱਸਾ ਪਾਇਆ। ਬੈਠ ਜਾਓ ਜਿੱਥੇ ਬੈਠੀ ਖੜੀਆਂ ਰਹੋ। ਤੁਸੀਂ ਮਾਈ ਭਾਗੋ ਦੀਆਂ ਜਾਈਆਂ ਹੋ, ਤੁਸੀਂ ਮਾਤਾ ਗੁਜਰੀ ਦੀਆਂ ਧੀਆਂ ਹੋ, ਤੁਸੀਂ ਭੈਣ ਨਾਨਕੀ ਦੀਆਂ ਭੈਣਾਂ ਹੋ, ਜਿਨ੍ਹਾਂ ਨੇ ਤੁਹਾਨੂੰ ਆਪਣੇ ਜ਼ਿੰਦਗੀ ਦੇ ਵਿੱਚ ਜਿਉਣਾ ਸਿਖਾਇਆ। ਤੁਸੀਂ ਉਹ ਮਾਈ ਭਾਗੋ ਦੀਆਂ ਧੀਆਂ ਹੋ ਜਿਹਨੇ ਜਦੋਂ ਸਿੰਘਾਂ ਨੇ ਤੋੜ ਦਿੱਤੀ ਸੀ ਗੁਰੂ ਨਾਲੋਂ, ਮੁੜ ਕੇ ਜੋੜ ਕੇ ਸਾਨੂੰ ਮਾਣ ਦਿੱਤਾ ਸੀ। ਮੇਰੀ ਉਹ ਭੈਣੋ, ਤੁਹਾਡਾ ਦਰਦ ਮੈਂ ਸਮਝ ਸਕਦੀ ਹੈ, ਤੁਹਾਡੇ ਮਨਾਂ 'ਚ ਕੀ ਵਲਵਲੇ ਹੈ ਮੈਂ ਉਸਦਾ ਅਹਿਸਾਸ ਕਰਦੀ ਹਾਂ। ਤੁਹਾਡੇ ਮਨਾਂ 'ਚ ਬੜੇ ਦਿਨ ਦਾ ਸੀ ਕਿ ਅਸੀਂ ਸਰਦਾਰ ਸੁਖਪਾਲ ਸਿੰਘ ਖਹਿਰੇ ਨੂੰ ਇੱਕ ਵਾਰੀ ਵੰਗਾਰ ਦੇਣੀ ਹੈ ਕਿ ਜੋ ਤੂੰ ਭੈਣਾਂ ਦੇ ਹੱਥਾਂ ਦੀਆਂ ਜਿਹੜੀਆਂ ਰੱਖੜੀਆਂ ਸਨ ਉਹ ਸੁਣੀਆਂ ਕਰ ਦਿੱਤੀਆਂ, ਵੀਰਾਂ ਦੀਆਂ ਕਲਾਈਆਂ ਨਹੀਂ ਲੱਭਣੀਆਂ, ਜਿਨ੍ਹਾਂ ਮਾਵਾਂ ਦੀਆਂ ਗੋਦੀਆਂ ਨੂੰ ਤੂੰ ਖਾਲੀ ਕਰਕੇ ਸਾਰੀ ਜ਼ਿੰਦਗੀ ਦੇ ਕੀਰਨਿਆਂ ਦੇ ਪਾਤਰ ਬਣਾਈਆਂ, ਜਿਨ੍ਹਾਂ ਪਤਰੀਆਂ ਦੇ ਸੁਹਾਗ ਤੂੰ ਲੁੱਟੇ ਉਹਦਾ ਜਵਾਬ ਅਸੀਂ ਦੇਵਾਂਗੇ। ਅੱਜ ਹਰ ਭੈਣ ਇੱਕ ਬਿਰਲਾਪ ਕਰਦੀ ਹੈ, ਕਦੋਂ ਮੇਰਾ ਵੀਰ ਆਵੇ ਅਤੇ ਮੈਂ ਉਹਦੇ ਹੱਥ ਦੇ ਉੱਤੇ, ਕਲਾਈ ਦੇ ਉੱਤੇ ਰੱਖੜੀ ਬੰਨ ਸਕਾਂ। ਅੱਜ ਉਹ ਮਾਂ ਕੀਰਨੇ ਪਾ ਪਾ ਕੇ ਆਵਾਜ਼ਾਂ ਦੇ ਰਹੀ ਹੈ ਕਿ ਪੁੱਤਰਾ ਤੈਨੂੰ ਮੈਂ ਬੜੇ ਚਾਵਾਂ ਨਾਲ ਪਾਲਿਆ ਸੀ ਅਤੇ ਤੂੰ ਖਹਿਰੇ ਵਰਗੇ ਚਿੱਟੇ ਦੇ ਵਪਾਰੀਆਂ ਦੇ ਮੂੰਹ ਵਿੱਚ ਆ ਗਿਆ ਅਤੇ ਮੇਰੀ ਜ਼ਿੰਦਗੀ ਤਬਾਹ ਕਰ ਦਿੱਤੀ। ਉਹ ਤੁਸੀਂ ਵਹਿਣ ਲੈ ਕੇ ਆਏ ਹੋ, ਉਹਦੀ ਕੀਰਨੇ ਲੈ ਕੇ ਆਏ ਹੋ, ਤੁਹਾਡੇ ਮਨਾਂ ਦਾ ਦਰਦ ਹੈ। ਤੁਸੀਂ ਹਰ ਮਾਂ ਦਾ ਦਰਦ ਲੈ ਕੇ ਆਏ ਹੋ, ਹਰ ਭੈਣ ਦਾ ਦਰਦ ਲੈ ਕੇ ਆਏ ਹੋ, ਹਰ ਸੁਹਾਗਣ ਦਾ ਦਰਦ ਲੈ ਕੇ ਆਏ ਹੋ। ਮੇਰੀ ਉਹ ਭੈਣੋ, ਤੁਸੀਂ ਅੱਜ ਪੰਜਾਬ ਦੀ ਰਾਖੀ ਕਰਨੀ ਹੈ, ਜਿਸ ਪੰਜਾਬ ਦਾ ਅਣਖ ਅਤੇ ਗੈਰਤ ਦਾ ਇਤਿਹਾਸ ਸੀ, ਜਿਸ ਪੰਜਾਬ ਦੇ ਲੋਕਾਂ ਦਾ ਸੱਭਿਆਚਾਰਕ ਤੌਰ ਦੇ ਉੱਤੇ ਬਹੁਤ ਵੱਡਾ ਉੱਚਾ ਸੁੱਚਾ ਜੀਵਨ ਸੀ, ਉਸ ਪੰਜਾਬ ਦੀ ਨੌਜਵਾਨੀ ਦਾ ਅੱਜ ਦੁਨੀਆ ਦੇ ਵਿੱਚ ਬਹੁਤ ਵੱਡਾ ਸਿਰ ਨੀਵਾਂ ਹੋਇਆ ਜਦੋਂ ਆਮ ਆਦਮੀ ਪਾਰਟੀ ਦੇ ਲੀਡਰਾਂ ਨੇ ਲੋਕਾਂ 'ਚ ਇੱਕ ਆਵਾਜ਼ ਦਿੱਤੀ ਸੀ ਕਿ ਅਸੀਂ ਪੰਜਾਬ ਦੇ ਵਿੱਚੋਂ ਨਸ਼ੇ ਖਤਮ ਕਰਨ ਆਏ ਹਾਂ। ਸਾਨੂੰ ਨਹੀਂ ਸੀ ਪਤਾ ਕਿ ਨਸ਼ੇ ਆਪ ਹੀ ਲਿਆ ਕੇ ਲੋਕਾਂ ਦੇ ਵਿੱਚ ਵਾੜ ਰਹੇ ਹੈ। ਅਸੀਂ ਤਾਂ ਸਰਕਾਰ ਵਾਲੇ ਲੋਕਾਂ ਨੂੰ ਫੜ ਫੜ ਕੇ ਅੰਦਰ ਦਿੰਦੇ ਰਹੇ, ਸਰਕਾਰ ਵਾਲਿਆਂ ਨੇ ਤਾਂ ਖਾਣ ਵਾਲਿਆਂ ਨੂੰ ਚੁੱਕ ਚੁੱਕ ਕੇ ਅੰਦਰ ਦੇ ਦਿੱਤਾ, ਪਰ ਪਤਾ ਨਹੀਂ ਸੀ ਕਿ ਇਹਨਾਂ ਦੇ ਲੀਡਰ ਜਿਹੜੇ ਆ ਆਪ ਨਸ਼ੇ ਦੇ ਵਪਾਰੀ ਬਣ ਕੇ ਲੋਕਾਂ ਦੇ ਬੱਚਿਆਂ ਦਾ ਕਾਣ ਕਰ ਰਹੇ ਆ। ਮੇਰੀ ਉਹ ਭੈਣੋ, ਮੈਂ ਤੁਹਾਡੇ ਉੱਤੇ ਮਾਣ ਕਰ ਸਕਦੀ ਹਾਂ। ਅੱਜ ਤੁਸੀਂ ਇੱਕ ਆਵਾਜ਼ ਤੁਹਾਨੂੰ ਦਿੱਤੀ ਹੈ ਕਿ ਭਾਈ ਅਸੀਂ ਸਾਰੇ ਨੇ ਇਸ ਆਵਾਜ਼ ਨੂੰ ਬੁਲੰਦ ਕਰਨਾ, ਤੁਸੀਂ ਵਹੀਰਾਂ ਕੱਤ ਕੇ ਆਈਆਂ, ਬਹੁਤ ਵੱਡੀ ਗਿਣਤੀ ਵਿੱਚ ਪਹੁੰਚੀਆਂ, ਤੁਹਾਡੇ ਉੱਤੇ ਸਾਨੂੰ ਸਦਾ ਮਾਣ ਰਹਿੰਦਾ। ਮੇਰਾ ਜੀ ਕਰਦਾ ਕਿ ਮੈਂ ਬਹੁਤ ਕੁਝ ਕਹਾਂ। ਇਹ ਕੋਰਟ ਜਿਹੜੀ ਮਾਨਯੋਗ ਫਾਜ਼ਿਲਕਾ ਦੀ ਕੋਰਟ ਹੈ, ਉਹਨੇ ਇਹ ਸਾਬਤ ਕਰ ਦਿੱਤਾ ਕਿ ਸਰਦਾਰ ਸੁਖਪਾਲ ਸਿੰਘ ਜੀ ਇੱਕ ਜਿਸ ਸਮਗਲਰ ਨੂੰ ਬਚਾ ਰਹੇ ਸਨ ਉਹ ਕਿੱਡਾ ਵੱਡਾ ਵਪਾਰੀ ਹੈ। ਚੁੱਪ ਕਰ ਬੈਠੀ ਆ, ਫੋਟੋ ਆਪੇ ਆ ਜਾਣੀ, ਕਿਉਂ ਘਬਰਾਉਣੀਆਂ ਹੁੰਦੀਆਂ। ਜਿਹੜੇ ਫਾਜ਼ਿਲਕਾ ਦੀ ਕੋਰਟ ਵਿੱਚ ਕੇਸ ਗਿਆ ਇਹ ਕਿਸੇ ਸਿਆਸੀ ਰੰਗਤ ਵਿੱਚ ਨਹੀਂ ਹੈ, ਉਹਨਾਂ ਨੇ ਆਪ ਸਪਸ਼ਟ ਕੀਤਾ ਕਿ ਜਦੋਂ ਗੁਰਦੇਵ ਸਿੰਘ ਦੇਬੀ ਫੜਿਆ ਗਿਆ ਅਤੇ ਉਹਦੇ ਫੜਨ ਦੌਰਾਨ ਉਹਦੇ ਭੱਜਿਆ ਸੀ 10 ਕੁ ਦਿਨ ਲਈ,
ਉਹਦੇ ਦੌਰਾਨ ਜਿਹੜੀਆਂ 60-65 ਕਾਲਾਂ ਹੋਈਆਂ ਇਹ ਸਰਦਾਰ ਸੁਖਪਾਲ ਸਿੰਘ ਨਾਲ ਗੱਲਾਂ ਕੀਤੀਆਂ ਗਈਆਂ ਕਾਹਦੇ ਵਾਸਤੇ ਕਿ ਉਹਨੂੰ ਬਚਾਇਆ ਜਾਵੇ। ਉਹਦੀ ਭੈਣ ਇੰਗਲੈਂਡ ਤੋਂ ਵਾਰ ਵਾਰ ਫੋਨ ਕਰਕੇ ਉਹਨੂੰ ਬਚਾਉਣ ਦੀਆਂ ਗੱਲਾਂ ਕਰਦੀ ਰਹੀ। ਸਰਦਾਰ ਸੁਖਪਾਲ ਸਿੰਘ ਜੀ ਖਹਿਰਾ ਜੋ ਸਾਡੇ ਪੁਲਿਸ ਅਫਸਰਾਂ ਨੂੰ ਵਾਰ ਵਾਰ ਬਚਾਉਣ ਲਈ ਗੱਲਾਂ ਕਰਦਾ ਸੀ, ਉਹਨਾਂ ਨੇ ਕਿਹਾ ਨਾ ਸਾਨੂੰ ਫੋਨ ਕਰ, ਇਹ ਬੜਾ ਮਾੜਾ ਕੇਸ ਹੈ, ਇਹ ਨਸ਼ੇ ਦਾ ਕੇਸ ਹੈ, ਇਹ ਪੰਜਾਬ ਦੇ ਕਾਤਲਾਂ ਨਾਲ ਸੰਬੰਧਿਤ ਹੈ, ਇਹ ਪੰਜਾਬ ਦੀ ਬਹੁਤ ਵੱਡੀ ਤ੍ਰਾਸਦੀ ਹੋਵੇਗੀ, ਨਾ ਬਚਾਉਣ ਦੀ ਕੋਸ਼ਿਸ਼ ਕਰ। ਲੇਕਿਨ ਸਰਦਾਰ ਸੁਖਪਾਲ ਸਿੰਘ ਫਿਰ ਵੀ ਬਾਜ ਨਾ ਆਏ, ਆਪਣੇ ਅਫਸਰਾਂ ਨੂੰ ਮਜਬੂਰ ਕਰਦੇ ਰਹੇ। ਸਤ ਸੰਗਤ ਜੀ, ਉਹ ਤੋਂ ਬਾਅਦ ਜਿਹੜਾ ਇੱਕ ਦਾਰਾ ਮਠੱਡਾ ਫਤਿਹਗੜ੍ਹ ਸਾਹਿਬ ਤੋਂ ਮੇਰੀਆਂ ਭੈਣਾਂ ਆਈਆਂ, ਇਹਨਾਂ ਨੂੰ ਪਤਾ ਹੋਵੇਗਾ ਕਿ ਫਤਿਹਗੜ੍ਹ ਸਾਹਿਬ 69/13 FIR ਦਰਜ ਹੋਈ ਦਾਰੇ ਮਠੱਡੇ ਦੇ ਖਿਲਾਫ। ਉਹ ਕੌਣ ਹੈ? ਸਭ ਤੋਂ ਵੱਡਾ ਕੈਨੇਡਾ ਵਿੱਚ ਰਹਿਣ ਵਾਲਾ ਨਸ਼ੇ ਦਾ ਸਮਗਲਰ ਹੈ, ਸਮੈਕ ਦਾ ਸਮਗਲਰ ਹੈ, ਹੈਰੋਨ ਦਾ ਸਮਗਲਰ ਹੈ। ਉਹਦਾ ਕਿਤੇ ਇਤਿਹਾਸ ਖੋਲ ਕੇ ਵੇਖ ਲਓ, ਉਸ ਬੰਦੇ ਨੇ ਬੜਾ ਵੱਡਾ ਪੰਜਾਬ ਦਾ ਨੁਕਸਾਨ ਕੀਤਾ। ਉਹਦੇ ਨਾਲ ਜੋ ਉਹਦੇ ਸੰਬੰਧ ਹੈ ਉਹ ਇੱਕ ਸਾਡੇ ਇਲਾਕੇ ਵਿੱਚ ਮੂੰਹ ਬੋਲ ਦੀ ਤਸਵੀਰ ਹੈ ਕਿ ਜਦੋਂ ਖੇਡ ਮੇਲਾ ਗੁਰਦੇਵ ਸਿੰਘ ਦੇਬੀ ਨੇ ਕਰਾਇਆ ਉਦੋਂ ਸਰਦਾਰ ਸੁਖਪਾਲ ਸਿੰਘ ਖਹਿਰੇ ਨੂੰ ਸੱਦਿਆ, ਉੱਥੇ ਦਾਰਾ ਮਠੱਡਾ ਆਇਆ, ਦੇਬੀ ਅਤੇ ਦਾਰਾ ਮਠੱਡਾ ਨੋਟਾਂ ਦੇ ਨੋਟ ਸੁੱਟ ਕੇ ਖਹਿਰੇ ਤੋਂ ਨੱਚ ਰਹੇ ਸਨ। ਭਾਵ ਕਿ ਇਹਦੀ ਸਾਂਝ ਕੇਵਲ ਗੁਰਦੇਵ ਸਿੰਘ ਦੇਬੀ ਨਾਲ ਨਹੀਂ, ਜਿਹੜਾ ਪਰਿਵਾਰਕ ਰਿਸ਼ਤਾ ਸ਼ੁਰੂ ਤੋਂ ਲੈ ਕੇ ਹੈ, ਇਹਦੀ ਸਾਂਝ ਦਾਰੇ ਮਠੱਡੇ ਦੇ ਨਾਲ ਹੈ। ਹੁਣ ਦਾਰਾ ਮਠੱਡਾ ਕੌਣ ਹੈ? ਜਗਦੀਸ਼ ਭੋਲਾ, ਜਿਹੜਾ ਫਤਿਹਗੜ੍ਹ ਸਾਹਿਬ ਪਰਚੇ ਦਰਜ ਹੈ ਨਾਂ ਉਹਦੇ ਉੱਤੇ, ਜਗਦੀਸ਼ ਭੋਲੇ ਦੇ ਉੱਤੇ, ਉਸ ਦਾ ਸਾਥੀ ਦਾਰਾ ਮਠੱਡਾ, ਦਾਰੇ ਮਠੱਡੇ ਦਾ ਸਾਥੀ ਸੁਖਪਾਲ ਖਹਿਰਾ, ਸੁਖਪਾਲ ਖਹਿਰੇ ਦਾ ਸਾਥੀ ਗੁਰਦੇਵ ਸਿੰਘ ਦੇਬੀ। ਇਹ ਇੱਕ ਐਸੀ ਕੜੀ ਹੈ ਕਿ ਵੱਡੇ ਸਮਗਲਰ ਜਿਹੜੇ ਹੈ ਇਹ ਪੰਜਾਬ ਨੂੰ ਤਬਾਹ ਕਰਨ ਵਾਸਤੇ ਲੱਗੇ ਰਹੇ। ਮੇਰੀਓ ਭੈਣੋ, ਸਭ ਤੋਂ ਵੱਡਾ ਜੇ ਮਾਸਟਰ ਮਾਈਂਡ ਸੀ ਨਸ਼ਿਆਂ ਦਾ, ਸਭ ਤੋਂ ਵੱਡਾ ਕਿੰਗ ਪਿੰਡ ਸੀ ਜੇ ਨਸ਼ਿਆਂ ਦਾ, ਉਹ ਸਰਦਾਰ ਸੁਖਪਾਲ ਸਿੰਘ ਖਹਿਰਾ ਸੀ। 2 ਕਰੋੜ ਰੁਪਏ ਦੀ ਜਾਇਦਾਦ ਵਿਖਾਈ ਸੀ ਜਦੋਂ 1997 ਵਿੱਚ ਮੇਰੇ ਨਾਲ ਚੋਣ ਲੜਿਆ ਸੀ। ਅੱਜ ਇਸ ਦੀ ਜਾਇਦਾਦ 66 ਕਰੋੜ ਰੁਪਏ ਪਹੁੰਚ ਗਈ ਹੈ। 66 ਕਰੋੜ ਰੁਪਏ ਦੀ ਜਾਇਦਾਦ ਕਿੱਥੋਂ ਬਣੀ? ਕਿਹੜਾ ਵਿਅਕਤੀ ਹੈ ਜਿਹੜਾ ਇੰਨੇ ਸਮੇਂ ਦੇ ਵਿੱਚ ਇੰਨੇ ਕਰੋੜਾਂ ਰੁਪਏ ਆਪਣੀ 15-20 ਏਕੜ ਜ਼ਮੀਨ ਤੋਂ ਕਮਾ ਸਕਦਾ? ਇਹ ਨਸ਼ੇ ਦਾ ਵਪਾਰੀ, ਇਹਨੇ ਸਾਰੇ ਨਸ਼ੇ ਦਾ ਪੈਸਾ ਕਦੇ ਜਾਇਦਾਦਾਂ ਵਿੱਚ ਲਾਇਆ, ਵੱਖ ਵੱਖ ਸ਼ਹਿਰਾਂ 'ਚ ਕੋਠੀਆਂ ਬਣਾਈਆਂ, ਵੱਖ ਵੱਖ ਥਾਵਾਂ 'ਤੇ ਜਾਇਦਾਦਾਂ ਖਰੀਦੀਆਂ, ਔਰ ਇੰਨੀ ਐਸ਼ਪ੍ਰਸਤੀ ਦੀ ਜ਼ਿੰਦਗੀ ਜਿਉਂਦਾ, ਇਹ ਸਿਰਫ ਨਸ਼ਿਆਂ ਕਰਕੇ ਜਿਉਂਦਾ। ਸੋ ਮੇਰੀ ਬੇਨਤੀ ਹੈ ਕਿ ਫਿਰ ਇਹਨੇ ਚੈਲੰਜ ਕੀਤਾ ਹਾਈ ਕੋਰਟ ਦੇ ਵਿੱਚ, ਮਾਣਯੋਗ ਅਦਾਲਤ ਹਾਈ ਕੋਰਟ ਨੇ ਕਿਹਾ ਕਿ ਇਹ ਕੋਈ ਸਿਆਸੀ ਮਸਲਾ ਨਹੀਂ, ਇਹ ਸਾਬਤ ਹੋ ਗਿਆ ਕਿ ਖਹਿਰਾ ਦੋਸ਼ੀ ਹੈ, ਔਰ ਉਹ ਦੋਸ਼ੀ ਜਿਹੜੇ ਇਹਦੇ ਸਹਿਯੋਗੀ 20-20 ਸਾਲ ਵਾਸਤੇ ਅੰਦਰ ਗਏ ਹੈ, 20-20 ਸਾਲ ਵਾਸਤੇ ਉਹਨਾਂ ਨੂੰ ਸਜ਼ਾ ਹੋ ਗਈ ਹੈ, ਇਹ ਉਹਦਾ ਸਹਿ ਦੋਸ਼ੀ ਹੈ। ਮੇਰੀ ਬੇਨਤੀ ਹੈ ਕਿ ਜੇ ਅੱਜ ਕਾਂਗਰਸ ਸਰਕਾਰ ਇਹਨੂੰ ਅਰੈਸਟ ਨਹੀਂ ਕਰਦੀ, ਸਮਝੋ ਕਾਂਗਰਸ ਸਰਕਾਰ ਇਸ ਨੂੰ ਬਚਾ ਰਹੀ ਹੈ, ਕਾਂਗਰਸ ਸਰਕਾਰ ਇਸ ਨੂੰ ਅਰੈਸਟ ਕਰ ਸਕਦੀ ਹੈ, ਇਹਦਾ ਚਲਾਨ ਛੇਤੀ ਪੇਸ਼ ਕਰ ਸਕਦੀ ਹੈ, ਇਹਦੇ ਉੱਤੇ ਪਰਚਾ ਵੱਖਰਾ ਦਰਜ ਕਰ ਸਕਦੀ ਹੈ। ਹੁਣ ਤਾਂ ਕੋਰਟ ਨੇ ਸਾਬਤ ਕਰ ਦਿੱਤਾ ਔਰ ਇਹਨੂੰ ਇੰਟਰੋਗੇਟ ਕੀਤਾ ਜਾਵੇ, ਇਹਦੀਆਂ ਬੜੀਆਂ ਪਰਤਾਂ ਖੁੱਲ੍ਹਣਗੀਆਂ। ਸੋ ਮੇਰੀਆਂ ਭੈਣੋ, ਜੇ ਤੁਹਾਡੇ 'ਚ ਦਮ ਹੈ ਫਿਰ ਉੱਠੋ, ਦੁਰਗਾ ਵਾਂਗਰਾਂ ਮੈਂ ਖਾਸ ਸੁਰਾਂ ਨੂੰ ਸੋਧੀਏ, ਚੰਡ ਮੁੰਡ ਰਕਤ ਬੀਜਾਂ ਨੂੰ ਪੁਜਾਈਏ। ਸਾਥੀਓ, ਇਹੋ ਜਿਹੇ ਸਮਾਜ ਦੇ ਮਾੜੇ ਅਨਸਰ ਆਪਾਂ ਪੰਜਾਬ 'ਚੋਂ ਕੱਢਣੇ ਹੈ, ਦੇਸ਼ ਵਿੱਚੋਂ ਕੱਢਣੇ ਹੈ, ਜਿਹਨੇ ਪੰਜਾਬ ਨੂੰ ਕਲੰਕ ਲਵਾਇਆ। ਹੁਣ ਆਪਾਂ ਸਾਰਿਆਂ ਨੇ ਬਹੁਤ ਕੁਝ ਬੋਲਿਆ ਜਾ ਸਕਦਾ, ਮੇਰੀਆਂ ਭੈਣਾਂ ਨੇ ਬੜੇ ਦਰਦਮਈ ਤਰੀਕੇ ਨਾਲ ਤੁਹਾਡੇ ਸੰਬੋਧਨ ਕੀਤੇ ਹੈ।
ਮੇਰੀ ਬੇਨਤੀ ਹੈ ਇੱਥੋਂ ਆਪਾਂ ਚੱਲਣਾ, ਗੇਟ ਤੋਂ ਬਾਹਰ ਖੱਬੇ ਪਾਸੇ ਨੂੰ ਆਪਾਂ ਸਾਰੇ ਚਾਲੇ ਪਾਉਣੇ, ਤੱਕੇ ਨਹੀਂ ਮਾਰਨੇ, ਅੱਗੇ ਪਿੱਛੇ ਐਵੇਂ ਨਹੀਂ ਫੋਟੋਆਂ ਕਰਕੇ ਦੇਖੋ। ਸਾਰੀ ਜਿਹੜੀ ਆਪਣੀ ਸੋਚ ਹੈ ਉਹ ਕਿੱਥੇ ਹੈ? ਆਪਣੀ ਸੋਚ ਹੈ ਇੱਕ ਪੰਜਾਬ ਦੇ ਵਿੱਚੋਂ ਗਲਤ ਅਨਸਰ ਨੂੰ ਖਤਮ ਕਰਨਾ, ਪੰਜਾਬ ਦੇ ਦੁਸ਼ਮਣ ਨੂੰ ਜੇਲ੍ਹ ਵਿੱਚ ਭਜਾਉਣਾ। ਸਾਡੀ ਸੋਚ ਹੈ ਕਿ ਜੇ ਪੰਜਾਬ ਦੀ ਜਵਾਨੀ, ਪੰਜਾਬ ਦੀ ਇਹ ਮਾਣ ਮੱਤਾ ਇਤਿਹਾਸ ਤਾਂ ਬਚ ਸਕਦਾ ਜੇ ਜਵਾਨੀਆਂ ਦੇ ਕਾਤਲ ਨੂੰ ਅਸੀਂ ਜੇਲ੍ਹ ਦੀਆਂ ਸਲਾਖਾਂ ਪਿੱਛੇ ਡੱਕ ਸਕੀਏ। ਸੋ ਮੇਰੀਆਂ ਭੈਣੋ ਬੜੇ ਆਰਾਮ ਨਾਲ ਪੂਰੇ ਜੋਸ਼ ਨਾਲ ਨਾਰੇ ਲਾਉਂਦੀਆਂ, ਇਹ ਫੜ ਕੇ ਹੱਥਾਂ ਦੇ ਵਿੱਚ ਪੱਟੀਆਂ, ਆਪਾਂ ਸਾਰੀਆਂ ਨੇ ਖੱਬੇ ਪਾਸੇ ਨੂੰ ਉਹਦੇ ਘਰ ਤੱਕ ਜਾਣਾ। ਉਹਦੇ ਘਰ ਜਾ ਕੇ ਇੱਕੋ ਗੱਲ ਕਹਿਣੀ ਹੈ ਕਿ ਤੂੰ ਕਿਸੇ ਕਾਨੂੰਨ ਨੂੰ ਮੰਨ। ਸਵੇਰੇ ਉੱਠ ਕੇ ਸੁੱਚੇ ਮੂੰਹ ਤੂੰ ਕਹਿੰਦਾ ਹੁੰਦਾ ਸੀਗਾ ਕਿ ਨੈਤਿਕਤਾ ਦੀ ਲੋੜ ਹੈ, ਮੋਰੈਲਿਟੀ ਦੀ ਲੋੜ ਹੈ, ਜੇ ਕੋਈ ਮਾੜੀ ਝੂਠੀ ਗੱਲ ਵੀ ਹੋਣੀ ਇਹਨੇ ਕਹਿਣਾ ਅਸਤੀਫੇ ਦਿਓ। ਅਤੇ ਉਹ ਜਿਸ ਥਾਂ 'ਤੇ ਬੈਠਾ ਬੜਾ ਅਹਿਮ ਥਾਂ ਹੈ, ਉਹ ਵਿਰੋਧੀ ਧਿਰ ਦਾ ਨੇਤਾ ਬਣ ਕੇ ਜਿਹੜਾ ਬੈਠਾ ਉਹ ਬਹੁਤ ਥਾਂ ਇੰਪੋਰਟੈਂਟ ਹੈ। ਇਸ ਕਰਕੇ ਕੇਜਰੀਵਾਲ ਤੁਰੰਤ ਇਹਨੂੰ ਪਾਰਟੀ 'ਚੋਂ ਕੱਢੇ ਅਤੇ ਉਹ ਆਪ ਜਲਦੀ ਨਾਲ ਅਸਤੀਫਾ ਦੇਵੇ। ਜੇ ਉਹ ਅਸਤੀਫਾ ਨਾ ਦਿੱਤਾ ਸੈਸ਼ਨ ਸ਼ੁਰੂ ਹੋਏਗਾ, ਅਸੀਂ ਫਿਰ ਇਹ ਯਤਨ ਕਰਾਂਗੇ ਕਿ ਉਹਨੂੰ ਸੈਸ਼ਨ ਦੇ ਅੰਦਰ ਨਹੀਂ ਵੜਨ ਦੇਵਾਂਗੇ, ਇਹ ਸਾਡਾ ਤਹੱਈਆ ਹੋਵੇਗਾ। ਸਪੀਕਰ ਸਾਹਿਬ ਨੂੰ ਸਾਡੀ ਬੇਨਤੀ ਹੈ ਕਿ ਉਹਨੂੰ ਤੁਰੰਤ ਜਿਹੜਾ ਐਕਸ਼ਨ ਲੈਣ ਵਾਸਤੇ ਗਵਰਨਰ ਸਾਹਿਬ ਨੂੰ ਜਾਂ ਆਉਣ ਵਾਲੀ ਕਾਰਵਾਈ ਕਰਨ ਵਾਸਤੇ ਉਸ ਪਾਰਟੀ ਨੂੰ ਕਵੇ। ਬਹੁਤ ਬਹੁਤ ਧੰਨਵਾਦ। ਹੁਣ ਆਪਾਂ ਸਾਰੀਆਂ ਨੇ ਇਕੱਠੇ ਹੋ ਕੇ ਇੱਧਰ ਨੂੰ ਖੱਬੇ ਪਾਸੇ ਨੂੰ ਚੱਲੇ ਪਾਉਣੇ, ਗੇਟ ਤੋਂ ਬਾਹਰ ਨਿਕਲ ਕੇ ਉਹਦੇ ਘਰ ਤੱਕ ਜਾਣਾ। ਫਿਰ ਵੀ ਜੇ ਕਿਤੇ ਪੁਲਿਸ ਨੇ ਸਾਡੇ ਨਾਲ ਧੱਕਾ ਕੀਤਾ, ਜੇ ਪੁਲਿਸ ਨੂੰ ਡੱਕੇਗੀ, ਤੁਸੀਂ ਉੱਥੇ ਹੀ ਆਰਾਮ ਨਾਲ ਬਹਿ ਕੇ ਆਪਣਾ ਪੇਟ ਸਾਪਾ ਕਰਕੇ ਆਪਾਂ ਫਿਰ ਚਲੇ ਜਾਵਾਂਗੇ।